ਕਹਿੰਦਾ ਤਕਦੀਰ ਬਦਲਣਾ ਕੰਮ ਤੇਰਾ, ਤਸਵੀਰ ਬਦਲਣਾ ਕੰਮ ਤੇਰਾ, ਤਕਦੀਰ ਬਦਲਣਾ ਕੰਮ ਤੇਰਾ, ਤਕਦੀਰ ਬਦਲਣਾ ਕੰਮ ਤੇਰਾ, ਤਸਵੀਰ ਬਦਲਣਾ ਕੰਮ ਤੇਰਾ। ਉਹ ਪੈਸੇ ਦੀ ਖਾਤਰ ਕੰਮ ਕਰਨਾ, ਪੈਸਾ ਵੀ ਦੇਣਾ ਹੈ ਕੰਮ ਤੇਰਾ। ਉਹ ਪੈਸੇ ਦੀ ਖਾਤਰ ਕੰਮ ਕਰਨਾ, ਪੈਸਾ ਵੀ ਦੇਣਾ ਹੈ ਕੰਮ ਤੇਰਾ। ਉਹ ਜਿਹੜੇ ਕੰਮ ਦੇ ਵਿੱਚੋਂ ਆਵਾਜ਼ ਆਉਂਦੀ, ਇਹ ਆਵਾਜ਼ ਵੀ ਤੇਰੀ ਤੇ ਚਾਬੀ ਤੇਰਾ। ਭੋਗਰ ਜੇਲੇ ਵਾਲਾ ਕਹਿੰਦਾ ਬਾਬਾ ਹਰੀ ਸਿੰਘ ਜੀ, ਤੇਰੇ ਨਾਮ ਤੋਂ ਬਿਨਾਂ ਚਾਰੇ ਪਾਸੇ ਹਨੇਰਾ ਹੀ ਹਨੇਰਾ, ਤੇਰੇ ਨਾਮ ਤੋਂ ਬਿਨਾਂ ਚਾਰੇ ਪਾਸੇ ਹਨੇਰਾ ਹੀ ਹਨੇਰਾ। ਇਹ ਬਾਬਾ ਹਰੀ ਸਿੰਘ ਦਾ ਦਰਬਾਰ ਹੈ। ਜਦੋਂ ਬਾਬਾ ਹਰੀ ਸਿੰਘ ਜੀ ਪਿੰਡੋਂ ਚੱਲੇ ਨੇ ਰਾਤ ਨੂੰ, ਤਾਂ ਕਿੱਥੇ ਪਹੁੰਚੇ? ਪਿੰਡ ਪੰਜੌੜੇ ਵਿੱਚ, ਉੱਥੇ ਮਹਾਂਧਿਆਣਾ ਜਿਹੜਾ ਗੁਰੂ ਘਰ ਆ, ਉੱਥੇ ਪਹੁੰਚੇ ਨੇ ਮਹਾਂਧਿਆਣੇ ਦੇ ਵਿੱਚ। ਪਿੰਡ ਪੰਜੌੜੇ ਚੜ੍ਹਦੇ ਪਾਸੇ, ਪਿੰਡ ਪੰਜੌੜੇ ਚੜ੍ਹਦੇ ਪਾਸੇ ਗੁਰੂ ਹੈ ਮਹਾਂਧਿਆਣਾ। ਸੰਤ ਸਦਾ ਭੋਰੇ ਵਿੱਚ ਰਹਿੰਦੇ ਕਦੇ ਕਦੇ ਪਿੰਡ ਆਉਣਾ, ਉਹ ਸੰਤ ਸਦਾ ਭੋਰੇ ਵਿੱਚ ਰਹਿੰਦੇ ਕਦੇ ਕਦੇ ਪਿੰਡ ਆਉਣਾ। ਪਿੰਡ ਦੌਲਤਪੁਰ ਛੱਡ ਕੇ ਪੰਜੌੜੇ ਭਗਤੀ ਕੀਤੀ, ਪਿੰਡ ਪੰਜੌੜੇ ਭਗਤੀ ਕੀਤੀ। ਜਿਸ ਰਾਤ ਨੂੰ ਸੰਤਾਂ ਨੇ ਪਿੰਡ ਛੱਡਿਆ, ਉਹ ਰਾਤ ਕਿੱਦਾਂ ਦੀ ਕੀਤੀ? ਉਹ ਕਿੱਦਾਂ ਦੀ ਰਾਤ ਹੋਈ ਜਦੋਂ ਰਾਤ ਨੂੰ ਸੰਤ ਮਹਾਂਪੁਰਸ਼ ਪੰਜੌੜੇ ਪਹੁੰਚੇ ਨੇ? ਜਿਸ ਰਾਤ ਸੰਤਾਂ ਨੇ ਪਿੰਡ ਨੂੰ ਛੱਡਿਆ, ਉਹ ਰਾਤ ਕਿੱਦਾਂ ਦੀ ਬੀਤੀ? ਸੁੱਖ ਜਿੰਦਗੀ ਵਿੱਚ ਵਿੱਚ ਘੱਟ ਹੀ ਆਉਂਦੇ, ਸਦਾ ਜਿੰਦੜੀ ਨੇ ਦੁੱਖ ਸਹਿਣਾ। ਕਹਿੰਦੇ ਪੰਜੌੜੇ ਚੜ੍ਹਦੇ ਪਾਸੇ ਗੁਰੂ ਹੈ ਮਹਾਂਧਿਆਣਾ, ਗੁਰੂ ਹੈ ਮਹਾਂਧਿਆਣਾ। ਸੰਤ ਸਦਾ ਭੋਰੇ ਵਿੱਚ ਰਹਿੰਦੇ, ਸੰਤ ਸਦਾ ਭੋਰੇ ਵਿੱਚ ਰਹਿੰਦੇ ਕਦੇ ਕਦੇ ਪਿੰਡ ਆਉਣਾ। ਘੱਟ ਖਾਂਦੇ ਘੱਟ ਬੋਲਦੇ, ਘੱਟ ਸੰਗਤਾਂ ਵਿੱਚ ਬਹਿੰਦੇ, ਸੰਗਤਾਂ ਨਾਲ ਉਪਦੇਸ਼ ਹੀ ਕਰਦੇ। ਸਦਾ ਇੱਕ ਵਚਨ ਸੀ ਕਹਿੰਦੇ, ਨਾਮ ਜਪ ਲਓ, ਰੱਬ ਨੂੰ ਯਾਦ ਕਰ ਲਓ, ਨਾਲ ਤੁਹਾਡੇ ਜਾਣਾ। ਪਿੰਡ ਪੰਜੌੜੇ ਚੜ੍ਹਦੇ ਪਾਸੇ ਗੁਰੂ ਹੈ ਮਹਾਂਧਿਆਣਾ, ਪਿੰਡ ਪੰਜੌੜੇ ਚੜ੍ਹਦੇ ਪਾਸੇ ਗੁਰੂ ਮਹਾਂਧਿਆਣਾ। ਸੰਤ ਸਦਾ ਹੀ ਘੋੜੇ ਵਿੱਚ ਰਹਿੰਦੇ, ਕਦੇ ਕਦੇ ਪਿੰਡ ਆਉਣਾ। ਸੰਗਤ ਗੁਰਦੁਆਰੇ ਆ ਕੇ, ਸੰਗਤ ਗੁਰਦੁਆਰੇ ਆ ਕੇ ਨੈਣੀ ਵਾਲਿਆਂ ਨੂੰ ਦਰਸ਼ਨ ਕਰਦੀ, ਸੰਗਤ ਗੁਰਦੁਆਰੇ ਆ ਕੇ ਨੈਕੀ ਵਾਲੇ ਦੇ ਦਰਸ਼ਨ ਕਰਦੀ। ਨੈਕੀ ਵਾਲੇ ਸੱਚੀ ਸਰਕਾਰ ਹੈ ਜੋ ਸੰਗਤ ਦੀਆਂ ਝੋਲੀਆਂ ਭਰਦੀ। ਭੋਗਰ ਚੇਲੇ ਵਾਲੇ ਨੇ ਸੰਤਾਂ ਦੇ ਚਰਨਾਂ ਦੇ ਵਿੱਚ ਰਹਿਣਾ। ਚੜ੍ਹਦੇ ਪਾਸੇ ਪਿੰਡ ਪੰਜੌੜੇ ਗੁਰੂ ਹੈ ਮਹਾਂਧਿਆਣਾ, ਚੜ੍ਹਦੇ ਪਾਸੇ ਪਿੰਡ ਪੰਜੌੜੇ ਗੁਰੂ ਹੈ।